ਸਾਰੇ ਤੁਹਾਡਾ ਆਪਣੇ ਯੂਟਿਊਬ ਚੈਨਲ 'ਤੇ ਬਹੁਤ ਬਹੁਤ ਸਵਾਗਤ ਹੈ ਜੀ। ਅਤੇ ਅੱਜ ਦਾ ਵਲੋਗ ਇੱਦਾਂ ਵਾ ਅਤੇ ਆਪਾਂ ਚੱਲੇ ਹਾਂ ਬਾਬਾ ਬਕਾਲਾ ਸਾਹਿਬ, ਅੱਜ ਹੈਗਾ ਉੱਥੇ ਰੱਖੜ ਪੁੰਨਿਆ ਦਾ ਮਹੱਲਾ, ਅਤੇ ਵਲੋਗ ਨਾਲ ਸਾਰਿਆਂ ਨੇ ਜੁੜੇ ਰਹਿਣਾ, ਆਪਾਂ ਸਾਰੇ ਚੱਲੇ ਹਾਂ ਉੱਥੇ। ਅਤੇ ਰੈਡੀ ਹੋ ਗਿਆ, ਅੱਜ ਆਏ ਆ ਭੂਮੀ ਭਾਅ ਜੀ, ਬੜੀ ਦੂਰੋਂ ਆਏ, ਮਹਾਂ ਆਇਆ ਜੀ, ਇਹਦੇ 'ਤੇ ਕਾਫੀ ਚਿਰਾ ਬਾਅਦ ਵੇਖਣ ਨੂੰ ਹੋ ਗਏ ਤੁਹਾਡੇ ਬਾਬਾ ਜੀ। ਆਹੋ, ਅਤੇ ਅੱਜ ਹੀ ਵੇਖਦੇ ਆ, ਤੂੰ ਬਾਅਦ ਫਿਰ ਵਲੋਗ ਵੇਖਣਾ, ਦਾਲ 'ਚ ਚੱਲ ਗਿਆ ਨਾ, ਦਾਲ 'ਚ ਚੱਲ ਗਿਆ, ਦਾਲ 'ਚ ਕੱਢਿਆ ਅਤੇ ਹੁਣ ਇਹ ਰਾਜਮਾਂਹ 'ਚ ਆ ਗਿਆ। ਹਲੇ ਛੱਡ ਗਿਆ। ਅੱਛਾ, ਫਿਰ ਉੱਥੇ ਆਇਓ, ਪੰਕਤੀ ਗੁਰੂ ਨਾਨਕ ਸਾਹਿਬ ਮਾਰਿਆ, ਪਰ ਨਾਰੀ ਹੇਤ ਰਾਵਣ ਦੱਸੀ ਸਗਵਾਈ ਹੈ, ਲਾਗੋ ਨੇ ਸੁਣਿਆ। ਫਿਰ ਕਿਹਾ ਉਹਨਾਂ ਨੇ ਵੀ ਜਿਹੜਾ ਇਹ ਹੈ ਉਹ ਰਾਵਣ, ਇਹਦਾ ਮੁੜ ਤੋਂ ਰਾਵਣ ਕਿਉਂ ਹੈਗਾ ਸੀਗਾ, ਇੱਕ ਪਰ ਨਾਰੀ ਹੇਤ ਰਾਵਣ ਨੇ 10 ਸੀਸ ਆਪਣੇ ਖਤਮ ਕਰਾ ਲਏ। ਜੀ ਸਤਾਰ ਜੀ ਕਹਿੰਦੇ ਕਿ ਭਰਾ ਭਰਾ ਦੋਵੇਂ ਇਕੱਠੇ ਹੋਏ ਆ। ਲਓ ਵੀਰ ਜੀ, ਭਰਾ ਭਰਾ ਹੋਏ ਇਕੱਠੇ, ਫੌਜੀ ਵਾਲਾ ਖਿਆਨਾ ਇਹ ਸਾਡੇ ਸਿੰਘ ਸਾਹਿਬ ਹੋਰ ਪਾ ਵੀ ਨੀ ਤਾਪ ਪਾਈ ਉਧਰ ਹੀ ਆ ਥੋੜਾ। ਹਾਂ ਹੁਣ ਸਹੀ ਲੱਗਣ, ਮੀਂਹ ਬਹੁਤ ਤੇਜ਼ ਆਉਂਦਾ ਪਿਆ ਵਾ ਤੇ ਤੁਸੀਂ ਵੇਖਦੇ ਪਏ ਹੋ, ਸਿੰਘ ਕਹੇ ਭੇਜੇ ਪਏ। ਹੋਏ 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 ਹੋਏ, ਚਲੋ ਚਲੋ ਸਬਜ਼ੀ ਆਉਂਦੇ ਹੋ। ਦਾ ਜੀ ਅਸੀਂ ਆਏ ਹਾਂ ਤੇਲ ਪਾਉਣ, ਉਹ ਪਾਸ਼ੋ ਪਿਆਉਂਦੇ ਪਏ ਤੇਲ, ਅਤੇ ਅਸੀਂ ਹੁਣ ਚੱਲੇ ਹਾਂ ਬਾਬਾ ਕਾਲਾ ਸਾਹਿਬ, ਉੱਥੇ ਆ ਕੇ ਮਿਲਦੇ ਤੁਹਾਨੂੰ, ਅਤੇ ਅੱਗੇ ਦੇਖੀ ਆ ਦਰਸ਼ਨ ਕਰਾਉਣੇ ਤੁਹਾਡੇ। ਇੱਕ ਦਰਸ਼ਨ ਜਾਂਦੇ ਪਏ ਆ ਸ਼੍ਰੀ ਬਾਬਾ ਬਕਾਲਾ ਸਾਹਿਬ। ਸਤਿ ਸ਼੍ਰੀ ਅਕਾਲ ਸੁਣ ਮਨਦੀਪ, ਜਿਹੜਾ ਰੋਸ਼ਨ ਆ ਨਾ, ਹਾਂਜੀ ਭਾਜੀ, ਰੋਸ਼ਨ ਬੰਦਾ
ਰੋਸ਼ਨ ਦੀ ਰੀਸ ਨਹੀਂ ਆ ਗਈ ਕੋਈ ਕੋਈ ਰੋਸ਼ਨ ਦੀ ਰੀਸ ਕਰ ਸਕਦਾ ਕਮਰ ਕਾ ਸਟੈਮਿਨਾ ਨਹੀਂ ਹੈਗਾ ਕਿਸੇ ਦਾ ਸੱਚੀ ਆ ਉਹ ਪਰ ਲਾਦਾ ਦਾ ਪਤਾ ਨਹੀਂ ਹੈਗੀ ਕੋਈ ਰਾਡੇ ਗਾਲੇ ਓਏ ਚੱਲ ਕੋਪੀ ਲਾ ਗੱਜ ਗੇਜ ਕਰੇ ਜਾਵੇ ਓਏ ਆੜ ਹੋ ਜਾਵੇ ਸਤਰੀਆ ਗਾ ਅੱਜ ਅਸੀਂ ਪਹੁੰਚ ਗਏ ਆ ਬਾਬਾ ਕਾਲਾ ਸਾਹਿਬ ਜੀ ਲਿਆ 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 ਓਏ ਆ ਗਿਆ ਮੇਰੇ ਵੱਲ ਆ ਗਿਆ ਜੈ ਸਾਡਾ ਹਰਿਆ ਬਾਬਾ ਪਾਰ ਸਿੰਘ ਸਾਹਿਬ ਜੀ।
ਜਿਹੜਾ ਗੰਡੇ ਵਾਲਾ ਕੰਮ ਪੂਰਾ ਹੋ ਗਿਆ ਗੋਲ ਗੱਪਿਆਂ ਨੂੰ ਮੱਤ ਦਿੰਦੇ ਹੋਏ ਕੰਮ ਜਿਆਦਾ ਟਾਈਟ ਹੋ ਗਿਆ ਕੰਮ ਠੀਕ ਲੋ ਜੀ ਜਨਾਬ ਚੱਲ ਰਹੀ ਹੈ ਅੱਡੀ ਮਾਰ ਅੱਡੀ ਮਾਰ ਚੱਲ ਤੋਰ ਘੋੜਾ ਹੱਸ ਗਏ ਹੱਸ ਗਏ ਅੱਡੀ ਮਾਰ ਅੱਡੀ ਮਾਰ ਤੇਰਾ ਗੁੰਨੇ ਢੇਰ ਚਲਾ ਆਪਣਾ ਕੱਟੇ ਦੇ ਨਾ ਕੀ ਦੇਖਦੇ ਪਏ ਵਾਹਿਗੁਰੂ ਵਾਹਿਗੁਰੂ।
ਆਪਣਾ ਜਾਂਦਿਆਂ ਘਰ ਨੂੰ ਵਾਪਸੀ ਮੋਟਰ ਖਰਾਬ ਹੋ ਗਿਆ ਅਤੇ ਹੁਣ ਦੇਖੋ ਵੀ ਲੱਤ ਲਾ ਕੇ ਖੜਨਾ ਪੈਣ ਡਿਆ ਇੱਦਾਂ ਦੇ ਹਾਲਾਤ ਵੀ ਦੇਖਣੇ ਪੈਂਦੇ ਨੇ ਦੁੱਖ ਆਇਆ ਵਾ ਕੋਈ ਨਹੀਂ ਲੰਘ ਜੂੰਗਾ ਭਾਰ ਬਹੁਤ ਜ਼ਿਆਦਾ ਵੀਰਾਂ ਦਾ ਦੋ ਲੱਤਾਂ ਲਾਉਣੀਆਂ ਪੈਣੀਆਂ ਲੱਤ ਲੱਗ ਗਈ ਉਹਦੀ ਵੀਰ ਦੀ ਹਾਂ ਇੱਧਰ ਹੁਣ ਲਾਈ ਜਾਓ ਕੱਲੇ ਸਿੰਘ ਬੱਕਰੇ ਨਹੀਂ ਖਾਂਦੇ ਵੇਖੋ ਲੱਤਾਂ ਵੀ ਲਾਉਣੀਆਂ ਜਾਣਦੇ ਨੇ ਇਹਨੇ ਜ਼ੋਰ ਲੱਗਦੇ ਆ ਇਹ ਪਰਖੇ ਜਾਂਦੇ ਅਕਾਲ ਮਹਾਂਪੁਰਖਾਂ ਦਾ ਅਕਾਲ ਆ ਗੁੰਨਾ ਡਾਊਨ ਜੀ ਮਗਰ ਬੈਠੇ ਹੋਏ ਜੋ ਕਿ ਰਾਤ ਦਾ ਸਮਾਂ 10 ਵੱਜ ਚੁੱਕੇ ਨੇ ਜਿਹੜੇ ਸਮੇਂ ਅਸੀਂ ਜਾਣ ਦੇ ਹਾਂ ਵੇਖੋ ਦੁਕਾਨਾਂ ਕੋਈ ਖੁੱਲ੍ਹੀ ਹੋ ਗਈ ਕਿ ਨਹੀਂ ਹੈਂ ਗੁੰਨੇ ਵੇਖ ਯਾਰ ਕੀ ਕਰਦਾ ਪਿਆ ਲਾਈਟ ਲਾ ਦੋ ਲਾਈਟਾਂ ਲਾ ਦੋ ਤੈਨੂੰ ਧੱਕੇ ਨਾ ਬਣਾਤਾ ਅੱਜ ਆ ਜਾਓ ਉੱਧਰ ਹੀ ਚੱਲੀਏ ਮੈਨੂੰ ਤੇ ਦੇਖ ਲਾ ਪਾਸ ਓਹੋ ਗੋਪੀ ਬਾਹਰ ਡੁੱਲੀ ਜਾਂਦਾ ਲਓ ਜੀ ਰੋਸ਼ਨ 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 ਕਿੱਥੇ ਆਵੇ ਰੋਸ਼ਨ ਰੋਸ਼ਨ ਘੋੜੇ ਚੜ੍ਹ ਕੇ
ਆਗੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਸਿੰਘੋ, ਕਿਵੇਂ ਦਾ ਲੱਗਾ ਮਹੱਲਾ ਤੁਹਾਨੂੰ? ਆ ਵੀਰ ਨੇ ਘੋੜਾ ਭਜਾਇਆ ਕਿਤੇ? ਓਏ ਹੋਏ ਹੋਏ ਹੋਏ, ਸਾਰੇ ਵੇਂਦੇ ਸੀ। ਓਏ ਚੁੱਪ। ਓਏ ਹੋਏ, ਘੋੜੇ ਨੇ ਇਹਨੂੰ ਭਜਾਇਆ? ਹੁਣ ਅਸੀਂ ਚੱਲੇ ਬਾਈ ਭਾਰੀ ਘਰੇ, ਬਹੁਤਾ ਘੈਂਟ ਭਜਾਇਆ ਇੱਕ ਗਾਤਰਾ ਇੱਥੇ ਪਿਆ ਯਾਰ, ਮੇਰਾ ਗਾਤਰਾ।